ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਤੇ ਆਪਣਾ ਤੀਸਰਾ ਪਾਰਸਲ ਜਿਹੜਾ ਉਹ ਆ ਚੁੱਕਿਆ, ਅੱਜ ਆਇਆ ਸੀ ਹਨਾ। ਹਾਂ, ਤੇ ਆਪਾਂ ਓਪਨ ਕਰਨ ਜਾ ਰਹੇ ਹਾਂ ਇਹਨੂੰ। ਕਾਫੀ ਵੱਡਾ, ਵੇਟ ਨੀ ਹੋ ਰਹੀ ਬਿਲਕੁਲ ਵੀ। ਆਹ ਦੇਖੋ, ਇਹਦੇ ਕਰਕੇ ਬਿਨਾਂ ਬੋਲੇ ਸਾਨੂੰ ਖੋਲਣਾ ਪੈ ਰਿਹਾ ਜਲਦੀ ਜਲਦੀ। ਆਹ ਦੇਖੋ, ਠੁੰਗਾ ਮਾਰੀਆਂ ਹੋਈ, ਠੁੰਗਾ ਸਹੀ ਗੱਲ। ਚਲੋ ਖੋਲੀਏ, ਅੱਜ ਪਹਿਲਾਂ ਨੰਨੂ ਸਰਪ੍ਰਾਈਜ਼ ਦੇ ਦੇ। ਲੈਟਸ ਗੋ। ਯਾ, ਅੱਜ ਦੇ ਪਾਰਸਲ ਦੇ ਵਿੱਚ एक निकलिया। हां ऐदा लगेगी, बस एक माड़ी गल की उन्होंने, पेच नहीं दिते, ना कोई नट दिता ना पेच दिता, क्योंकि आई सी नट पेच सीगे सारे यार, इन्नी वड्डी आइटम है दस, हुण पेच कित्थों लैके आवांगे, इहनूं किद्दां जोड़ांगे, मैनूं तां समझ नहीं आउंदी हैगी। ये लेते कुछ हो भी नहीं दिता होया, ओए तां मैनूं पता किद्दां लगनी है, इह उहदियां ने ना, इह इह पता किहदियां ने, इह इहदियां ने, इह इह साइडां वालियां ने, आह देख कल देखा भी अपने पार्सल वगैरा आ गया, लकड़ लुकड़ जी जेडी असि सारी सामभ के रख ली हुई है, मिस्त्री बुलावांगे ते ओही इंस्टॉल करेगा, है ना। ते आ देखो, आ पई हुई है इत्थे, रखी हुई है सांभ के, ठीक है, कोने च लाई हुई है। ते इधर नन्नू दा बुखार चैक हो रहा, बार बार बुखार चढ़ रहा सी, देखो मूँह देखो किद्दां हो गया इहदा बुखार दे नाल, ते थर्मामीटर लैके आंदा सी इहदे वास्ते स्पैशल, नहीं तो अज तक आपां थर्मामीटर नहीं लैंदा कदी। लोकां ने कहना मम्मी मतलब मम्मी हमेशा इद्दी पए रहिंदे ने कंबल दे, है ना, ज्यादातर वीडियो दे विच मम्मी इद्दी हुंदा लम्मा ही पए हुंदे, छेड़ ना टिकदी नहीं हैगी, ओहदे थोड़ी देर ला के रखना हुंदा, उन्ना की नहीं हैंडल कर पांदी, है ना। ते कल नूं करवा चौथ है मनप्रीत, ते करवा चौथ दा मतलब हुण इदां हिसाब दा वी असी अपने मतलब धर्म दे विच नहीं हैगा, सिख धर्म दे विच ना सिख नहीं हुंदा हैगा, है ना, धर्म नहीं मनदे हैगे, पर फिर भी मनप्रीत जदों दी आई है हर साल सूट लैंदी, हर साल खर्चा कराउंदी है। नन्नू दा बुखार चेक कर लिया, किन्ना आया, 98.9 हो गया, ओ वधी जांदा हुंदा, इन्ना इत्थे की रहना, 98.9 ते रहना, वधेगा नहीं, इह वधेगा क्योंकि टूटू नहीं हुई है, टूटू दा इह 2 मिंट नहीं हुंदी, खराब लगदा मैनूं इह थर्मामीटर। आहो, ते हां जी, हुण नन्नू नूं दवाई पिया के हटे आ, तां करके पोज़ लै लिया सीगा, ਤੇ ਹੁਣ ਹੈਗਾ ਇਹਨੂੰ 99 ਬੁਖਾਰ ਵੀ 99 ਆ ਰਿਹਾ, ਤੇ ਬਾਕੀ ਉਦਾਂ ਠੀਕ ਲੱਗ ਰਹੀ ਹੈ, ਪਰ 99 ਬੁਖਾਰ ਹੁੰਦਾ ਨਹੀਂ ਹੈ ਨਾ ਕਹਿੰਦੇ, ਕਿ ਨਹੀਂ ਮੰਮੀ, ਮਾੜਾ ਮੋਟਾ ਹੁੰਦਾ। ਹਾਂ, ਤੇ ਹੁਣ ਗੱਲ ਕਰ ਰਹੇ ਸੀ ਵੀ ਕਰਵਾ ਚੌਥ ਦੀ, ਹੈ ਨਾ, ਤੇ ਕਰਵਾ ਚੌਥ ਇੱਦਾਂ ਵੀ ਮਨਪ੍ਰੀਤ ਹਰ ਸਾਲ ਮਤਲਬ ਰੱਖਦੀ ਨਹੀਂ ਹੈਗੀ, ਵਰਤ ਨਹੀਂ ਰੱਖਦੀ ਹੈਗੀ, ਪਰ ਖਰਚਾ ਹਰ ਸਾਲ ਕਰਾਉਂਦੀ ਸੀ, ਪਰ ਇਸ ਸਾਲ ਮੈਂ ਸੋਚਿਆ ਵੀ ਐਤਕੀ ਨਾ ਤਾਂ ਖਰਚਾ ਹੋਏਗਾ, ਤੇ ਕਰਵਾ ਚੌਥ ਦਾ ਵਰਤ ਤੇ ਆਪਾਂ ਰੱਖਦੇ ਹੀ ਨਹੀਂ, ਠੀਕ ਹੈ ਨਾ। ਤੇ ਹੈਗੀ ਇਹਨੂੰ ਛੁੱਟੀ ਹੈ ਵੈਸੇ, ਕੱਲ ਮੰਮੀ ਤੁਸੀਂ ਰੱਖਿਆ ਕਦੀ ਵਰਤ? ਨਾ, ਇੱਕ ਵਾਰ ਰੱਖਿਆ ਸੀ, ਰੱਖਿਆ ਸੀ, ਤੇ ਉਹ ਗੁੱਸੇ ਹੁੰਦੇ ਸੀ ਸਾਰੇ, ਤੂੰ ਤੂੰ ਰੱਖਿਆ ਸੀ ਵਿੱਚੇ ਤੋੜਦਾ, ਜਿਹੜਾ ਕਹਿੰਦੇ ਨੀ ਤਾਰਿਆਂ ਵਾਸਤਰਾ, ਓ ਚੱਕਰੀਆਂ ਦੇ ਹੁੰਦੇ ਮੰਮੀ, ਚੱਕਰੀਆਂ ਦੇ ਚੱਕਰੀਆਂ ਦਾ ਬੱਚੇ ਉਹਦੇ ਉਹਦੇ ਭਰਾਵਾਂ ਦਾ ਹੁੰਦਾ, ਉਹ ਰੱਖਿਆ ਸੀ, ਓ ਯਾਰ ਕੰਟਰੋਲ ਕੰਟਰੋਲ ਉਹਦਾ।
ਅੱਛਾ ਕੀ ਕਹਿ ਰਹੀ ਸੀ? ਅੱਛਾ ਦੋਨਾਂ ਨੇ ਵਰਤ ਰੱਖਿਆ ਆ ਕਿ ਗੁੱਸੇ ਨਾਲ ਮੈਨੂੰ ਨਹੀਂ ਪਤਾ। ਅੱਛਾ ਨਹੀਂ ਵਿੱਚ ਬੋਲਦੇ ਰਹਿੰਦੇ ਨੇ। ਮੈਂ ਇਹਨੂੰ ਕਿਹਾ ਵੀ ਥੋੜੀ ਅੱਗੇ ਆਇਆ ਹੈ, ਸਮਝਦੀ ਗੱਲ ਵੀ ਤੂੰ ਅੱਗੇ ਨੂੰ ਆਇਆ ਹੈ ਨਾ, ਮੇਰੇ ਕੋਲ ਨਹੀਂ ਹੁਣ ਮਾਈਕ ਹੈਗਾ ਤੇ ਮਾਈਕ ਮੰਗਾਉਂਦੇ ਆ ਆਪਾਂ, ਠੀਕ ਹੈ ਨਾ ਆਨਲਾਈਨ। ਅੱਛਾ ਕਿੱਥੇ ਸੀ? ਅੱਛਾ ਵਰਤ ਰੱਖ ਲਿਆ ਤੇ ਫੇਰ ਕੀ ਹੋਇਆ? ਵਰਤ ਰੱਖ ਲਿਆ ਤੇ ਬਸ ਫੇਰ ਭਰਾਵਾਂ ਵਾਲਾ ਰੱਖਿਆ ਸੀ। ਆਹੋ ਫੇਰ ਤੇ ਉਹ ਦਾਦੇ ਨਾ ਬੋਲੇ ਸੀ ਵੀ ਨਹੀਂ ਰੱਖਣਾ, ਕਹਿੰਦੇ ਵੀ ਅਸੀਂ ਕੁਛ ਨੀ ਲਿਆ ਕੇ ਦੇਣਾ ਹਨਾ ਇੱਦਾਂ ਦਾ। ਅਸੀਂ ਕਿਹਾ ਚੱਲ ਕੋਈ ਗੱਲ ਨੀ ਨਾ ਲਿਆ ਕੇ ਦੇ। ਅਸੀਂ ਸਵੇਰੇ 4 ਵਜੇ ਉੱਠੀਆਂ, ਨਹਾ ਧੋ ਕੇ ਨਵੇਂ ਕੱਪੜੇ ਪਾਏ। ਅੱਛਾ ਹੈ ਤੇ ਫੇਰ ਸਕੂਲ ਚਲੇ ਗਏ ਹਨਾ। ਉੱਥੋਂ ਆ ਕੇ ਬਈ ਇੰਨੀ ਜ਼ੋਰ ਦੀ ਭੁੱਖ ਲੱਗੀ ਸੀ ਤੇ ਚਾਚੇ ਨੇ ਕਿਹਾ ਮੇਰੇ ਲਈ ਰੋਟੀਆਂ ਬਣਾ ਦੋ। ਚਾਚੇ ਨੇ ਆਪਣੇ ਲਈ ਅਸੀਂ ਇੰਨੀਆਂ ਰੋਟੀਆਂ ਬਣਾਈਆਂ ਫੇਰ ਆਪ ਹੀ ਖਾ ਗਈਆਂ। ਮਸਤ ਜੋਕ ਮਾਰਿਆ ਰੇ ਯਾ ਹੱਸ ਰਿਹਾ ਹਲਕਟ ਹੱਸ ਵਰਤ ਰੱਖ ਲਿਆ ਸੀ ਹਾਏ ਆਪ ਹੀ ਖਾ ਗਈਆਂ। ਚਾਚਾ ਕਹਿੰਦੇ ਉਹ ਵੇਖ ਉਧਰ ਕਿਵੇਂ ਕੀੜਾ ਦਿੰਦੀਆਂ ਵੀ ਰਸੋਈ। ਕੱਲ ਦਾ ਦਿਨ ਜਿਹੜਾ ਕਰਵਾ ਚੌਥ ਦਾ ਦਿਨ ਹੁੰਦਾ ਵੀ ਉਹਦੋਂ ਇੱਕ ਮਤਲਬ ਗੱਲ ਨੋਟ ਕਰਨ ਵਾਲੀ ਹੁੰਦੀ ਹੈ ਵੀ ਜਿਹੜੀ ਮਤਲਬ ਔਰਤ ਹੈ ਨਾ ਕਦੀ ਵੀ ਵਿਚਾਰੀ ਪ੍ਰੋਪਰ ਹੈ ਨਾ ਕਦੀ ਹਾਰ ਸ਼ਿੰਗਾਰ ਨਹੀਂ, ਜਿਹਦਾ ਪਤੀ ਸ਼ਰਾਬੀ ਹੈ ਕਬਾਬੀ ਹੈ ਅਮਲੀ ਹੈ ਜਾਂ ਹੈ ਨਾ ਜੋ ਵੀ ਹੈ ਹੈ, ਪਰ ਉਸ ਦਿਨ ਉਹਨੂੰ ਉਹਦੀ ਪੂਜਾ ਕਰਨੀ ਪੈਂਦੀ ਹੈ ਨਾ, ਏਦੀ ਹੈ ਨਾ, ਸਹੀ ਗੱਲ ਹੈ ਨਾ ਮੰਮੀ? ਸਹੀ ਗੱਲ ਹੋਰ ਕੀ, ਜਿਹੜੇ ਬੰਦੇ ਬੰਦਿਆਂ ਨੂੰ ਉਹ ਨਹੀਂ ਕਰਦੀਆਂ ਪੁੱਛਦੀਆਂ ਤੂੰ ਵਰਤ ਵਰਕ ਰੱਖ ਅਰੇ ਮੇਰੀ ਗੱਲ ਸੁਣ, ਮੈਂ ਜਨਾਨੀਆਂ ਨੂੰ ਨਹੀਂ ਮਾੜਾ ਕਹਿ ਰਿਹਾ, ਮੈਂ ਬੰਦਿਆਂ ਨੂੰ ਮਾੜਾ ਕਹਿ ਰਿਹਾ ਵੀ ਬੰਦਾ ਭਾਵੇਂ ਸ਼ਰਾਬੀ ਅਮਲੀ ਕਮਲੀ ਕਿਉਂ ਨਾ ਹੋਵੇ, ਮਤਲਬ ਮਤਲਬ ਉਹ ਗਲਤ ਕਿਉਂ ਨਾ ਹੋਵੇ, ਫਿਰ ਵੀ ਉਹਦੀ ਪੂਜਾ ਕਰਨੀ ਪੈਂਦੀ ਹੈ, ਉਹਨੂੰ ਉਹਦੀ ਸਨਮਾਨ ਕਰਨਾ ਪੈਂਦਾ ਉਹਦੇ ਵਾਸਤੇ, ਨਹੀਂ ਉਹ ਕਹਿ ਰਿਹਾ ਮੈਂ। ਤੇ ਆਪਣੇ ਤੇ ਚਲੋ ਹੁਣ ਹੈ ਹੀ ਨਹੀਂ, ਆਪਣੇ ਧਰਮ ਦੇ ਵਿੱਚ ਤੇ ਹੈ ਹੀ ਨਹੀਂ। ਓਏ ਮੇਰਾ ਕਾਕਾ ਕੱਲਾ ਪਿਆ ਜੀ, ਓਏ ਕਾਕੇ ਚਲਾ ਚਲਾ ਜਾ ਚਲਾ ਜਾ ਉੱਧਰ ਚਲਾ ਜਾ ਆ ਜਾ ਚੱਲ ਪਈ ਰਿਹਾ ਪਈ ਰਿਹਾ ਫਿਰ। ਤੇ ਢੱਕਣ ਕਿਉਂ ਨਹੀਂ ਦਿੱਤਾ ਤੂੰ ਕੁੱਕਰ ਵਾਲਾ? ਉਹ ਤੇ ਸੀਟੀ ਲਗਵਾਉਣ ਲਈ ਹੁੰਦਾ ਨਾ, ਆਪਾਂ ਸੀਟੀ ਲਗਵਾਉਣੀ। ਅੱਛਾ ਸੀਟੀ ਨਹੀਂ, ਆਹੋ ਸੱਚ ਇਹਨੂੰ ਸੀਟੀ ਨਹੀਂ ਲਗਵਾਉਣੀ ਹੈ ਨਾ। ਅੱਛਾ 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 ਠੀਕ ਹੈ। ਤੇ ਹੁਣ ਰਸੋਈ ਦਾ ਏਦਾਂ ਵੀ ਹੁਣ ਬਸ ਥੋੜਾ ਟਾਈਮ ਹੈ, ਪਰ ਰਸੋਈ ਦਾ ਵੀ ਨਾ ਢਾਂਚਾ ਸਾਰਾ ਚੇਂਜ ਕਰਨਾ, ਤੇ ਹਲੇ ਤਾਂ ਮਤਲਬ ਸਿੰਪਲ ਰਸੋਈ ਹੈ ਨਾ ਰੱਖੀ ਹੋਈ ਆਪਾਂ, ਤੇ ਇਹਨੂੰ ਵੀ ਬਸ ਹੁਣ ਆਪਾਂ ਹਾਂ ਹੁਣ ਰਸੋਈ ਦੀ ਵਾਰੀ ਹੈ। ਰਸੋਈ ਤੇ ਪੈਸਾ ਲੱਗਣਾ, ਪਰ ਰਸੋਈ ਤੇ ਪੈਸਾ ਜ਼ਿਆਦਾ ਲੱਗਣਾ ਜੇ ਇਹਨੂੰ ਪ੍ਰੋਪਰ ਵਧੀਆ ਬਣਾਉਣਾ, ਠੀਕ ਹੈ ਨਾ। ਤੇ ਉਹ ਲਾਉਣਾ ਹੀ ਪੈਣਾ ਹੁਣ, ਚੱਲ ਜ਼ਿਆਦਾ ਨਹੀਂ ਲਾਵਾਂਗੇ, ਥੋੜ੍ਹਾ ਬਹੁਤਾ ਕਰਾਂਗੇ ਨਾ ਸੈਟਿੰਗ, ਮਤਲਬ ਕਰਾਂਗੇ ਇਹਦੀ ਵਧੀਆ ਤਰੀਕੇ ਨਾਲ। ਇੱਥੇ ਉਹ ਲਾਵਾਂਗੇ ਆਪਾਂ ਦੂਜੀ ਚਿਮਨੀ, ਇੱਕ ਚਿਮਨੀ ਲਗਾਉਣੀ ਹੈ ਅਸੀਂ, ਠੀਕ ਹੈ। ਅਤੇ ਇੱਕ ਉਹ ਲੈ ਕੇ ਆਉਣਾ ਦੂਜਾ ਮਾਈਕ੍ਰੋਵੇਵ, ਉਹ ਤਾਂ ਚੱਲ ਹੁਣ ਲੈ ਹੀ ਆਉਣਾ ਦਿਵਾਲੀ 'ਤੇ ਦੇਖਦੇ ਹਾਂ। ਅਤੇ ਆਉਣ ਵਾਲੇ ਟਾਈਮ ਦੀ ਮੈਂ ਗੱਲ ਕਰ ਰਿਹਾ ਵੀ ਹੈ ਨਾ ਇਹ ਚੀਜ਼ਾਂ ਆਪਾਂ ਇਹ ਲਗਵਾਵਾਂਗੇ, ਅਤੇ ਕਬਰਡ ਆਪਾਂ ਸੋਚਦੇ ਪਏ ਅਲਮੀਨੀਅਮ ਦੇ, ਉਹ ਸਸਤੇ ਪੈਂਦੇ ਆ ਅੱਜ ਕੱਲ੍ਹ ਲੱਕੜ ਦੇ, ਮਜ਼ਬੂਤ ਹੁੰਦੇ ਥੋੜੇ, ਏਦਾਂ ਦੀ ਗੱਲ ਨਹੀਂ ਹੈਗੀ, ਠੀਕ ਹੈ ਨਾ। ਪਰ ਲਗਵਾਵਾਂਗੇ ਤੁਸੀਂ, ਕੋਈ ਲੱਕੜ ਦੇ ਤਾਂ ਮਹਿੰਗੇ ਪੈਂਦੇ ਆ, ਤੇ ਨਾਲੇ ਲੱਕੜ ਵੀ ਜਲਦੀ ਖਰਾਬ ਹੋ ਜਾਂਦੀ ਨਾ ਤਾਂ ਕਰਕੇ। ਤੇ ਫਿਰ ਦੇਖਦੇ ਹਾਂ ਮਤਲਬ ਇਹਦੀ ਵੀ ਹੁਣ ਆਪਾਂ ਤਿਆਰੀ ਮਤਲਬ ਕਰਦੇ ਹਾਂ, ਬਸ ਰਸੋਈ ਦੀ ਵਾਰੀ ਹੈ ਹੁਣ ਇਸ ਤੋਂ ਬਾਅਦ, ਤੇ ਬਾਕੀ ਮੰਨੀ ਦੇ ਵਿਆਹ ਦੀ ਤਿਆਰੀ ਜਾਣੀ ਕਿ ਕਰਨੀ ਹੈ। ਫਿਰ ਨਾਲ ਜਦੋਂ ਮਤਲਬ ਵਿਆਹ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਤੇ ਉਦੋਂ ਹੀ ਆਪਾਂ ਮਤਲਬ ਇਹ ਕੰਮ ਚੱਕ ਚੱਕ ਕਰ ਦਿੰਦੇ ਰਸੋਈ ਦਾ ਵੀ, ਹੈ ਨਾ। ਤੇ ਬਾਕੀ ਹੋਰ ਤੋੜ ਭੰਨ ਕਰਨੀ ਉਹ ਤੁਹਾਨੂੰ ਦੱਸਾਂਗੇ, ਫੇਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਦੋਂ ਮਤਲਬ ਕਰਾਂਗੇ, ਹੈ ਨਾ ਨੇੜੇ ਜਾ ਕੇ ਥੋੜ੍ਹਾ ਜਿਹਾ। ਤੇ ਫਿਲਹਾਲ ਹੁਣ ਰੋਟੀ ਰੋਟੀ ਖਾਈਏ, ਹੈ ਨਾ, ਵੇਟ ਕਰ ਰਹੇ ਹਾਂ। ਡੈਡੀ ਕਹਿੰਦੇ ਡੈਡੀ ਹੋਣੀ ਉਹਦੇ ਕੰਮ 'ਤੇ ਹੀ ਤੇ ਆਉਂਦੇ ਨੇ, ਤਾਂ ਫਿਰ ਰੋਟੀ ਰੋਟੀ ਖਾਂਦੇ ਹਾਂ, ਹੈ ਨਾ। ਤੇ ਆਹ ਰੱਖੀ ਹੋਈ ਹੈ ਜੀ ਸਬਜ਼ੀ, ਆਲੂ ਗਾਜਰਾਂ ਮਟਰ। ਤੇ ਇੱਕ ਗੱਲ ਨੋਟ ਕਰਨ ਵਾਲੀ ਹੈ ਵੀ ਆਲੂ ਗਾਜਰਾਂ ਮਟਰ ਦਾ ਕਲਰ ਕਿੱਦਾਂ ਦਾ, ਹੈ ਨਾ। ਹੁਣ ਤੇ ਜਿੱਦਾਂ ਹੀ ਠੰਡ ਵਧਣੀ ਹੈ, ਮਤਲਬ ਨਵੰਬਰ ਦਾ ਮਹੀਨਾ ਟੱਪਣਾ, ਨਾਲ ਹੀ ਗਾਜਰਾਂ ਦਾ ਕਲਰ ਮਨ ਵੀ ਚੇਂਜ ਹੋ ਜਾਂਦਾ, ਨਹੀਂ ਰੈੱਡ ਕਲਰ ਦੀਆਂ ਹੋ ਜਾਂਦੀਆਂ, ਹੈ ਨਾ। ਹਾਂ ਸਹੀ ਗੱਲ ਹੈ। ਤੇ ਹੁਣ ਬਣਾਉਣ ਲੱਗੇ ਜੀ ਮੱਕੀ ਦੀ ਰੋਟੀ, ਮਨਪ੍ਰੀਤ ਮੱਕੀ ਦੀ ਰੋਟੀ ਬਣਾਉਣ ਲੱਗੀ ਹੈ। ਤੇ ਮੱਕੀ ਦੀ ਰੋਟੀ ਬਣਾਉਣੀ ਮਨਪ੍ਰੀਤ ਨੇ ਮੰਮੀ ਕੋਲੋਂ ਹੀ ਸਿੱਖੀ ਸੀ, ਹੈ ਨਾ।
ਪਰ ਮੈਨੂੰ ਦੂਜੇ ਲੋਟ ਨਹੀਂ ਆਂਦੀ ਹਲੇ ਵੀ ਜਿੱਦਾਂ ਬਿਨਾ ਉਤੋਂ ਹਨਾ ਚਕਲੇ ਤੋਂ ਤੇ ਲਿਫਾਫੇ ਤੋਂ ਮੈਨੂੰ ਲਿਫਾਫਾ ਰੱਖ ਕੇ ਆਂਦੀ ਹੈ ਬਣਾਣੀ ਹਲੇ ਲਿਫਾਫੇ ਨਾਲ ਬਣਾਉਂਦੀ ਹੈ ਦੂਜੇ ਲੋਟ ਨਹੀਂ ਆਂਦੀ ਬਣਾਣੀ ਮੈਨੂੰ ਅੱਛਾ ਤੇ ਮੰਮੀ ਤੁਸੀਂ ਮੈਂ ਤਾਂ ਦੂਸਰੇ ਦੇ ਬਣਾਣੀ ਬੀਬੀ ਬਣਾਉਂਦੇ ਜਿਵੇਂ ਅੱਛਾ ਬਣਾਉਂਦੇ ਅੱਛਾ ਬਣਾ ਲੈਂਦੇ ਮੰਮੀ ਤਾਂ ਬਣਾ ਹੀ ਲੈਂਦੇ ਮੰਮੀ ਤਾਂ ਹਰੇਕ ਚੀਜ਼ ਮੰਮੀ ਨੇ ਤਾਂ ਪਤਾ ਨਹੀਂ ਕਿੰਨੇ ਜਣਿਆਂ ਨੂੰ ਟ੍ਰੇਨਡ ਕੀਤਾ ਸਹੀ ਗੱਲ ਹੈ ਹਨਾ ਮੰਮੀ ਕਿੰਨੇ ਜਣਿਆਂ ਨੂੰ ਮੰਮੀ ਨੇ ਟ੍ਰੇਨਡ ਕੀਤਾ ਇਦਾਂ ਸਹੀ ਗੱਲ ਹੈ ਆਹੋ ਰੋਟੀ ਸਬਜ਼ੀ ਸਾਰਾ ਕੁਝ ਬਣਾਉਣਾ ਸਿਖਾਇਆ ਹੈ ਮੰਮੀ ਨੇ ਤੇ ਮਨਪ੍ਰੀਤ ਨੂੰ ਵੀ ਜ਼ਿਆਦਾਤਰ ਮਨਪ੍ਰੀਤ ਨੂੰ ਘੱਟ ਹੀ ਵੱਧ ਹੀ ਆਉਂਦਾ ਸੀ ਕੁਛ ਰੋਟੀ ਬਣਾਉਣੀ ਲੱਗਿਆ ਨੀ ਕੋਈ ਸਿੱਖਿਆ ਸਾਰਾ ਕੁਝ ਉਹਨੇ ਇੱਥੇ ਸਿੱਖਿਆ ਵੈਸੇ ਮੈਨੂੰ ਲੱਗਦਾ ਏਦਾਂ ਸਾਰਾ ਕੁਝ ਇੱਥੋਂ ਸਿੱਖਿਆ ਮਤਲਬ ਇੰਨਾ ਕੁਛ ਆਉਂਦਾ ਨਹੀਂ ਸੀ ਹੈਗਾ ਪੜ੍ਹਦੀ ਪੁੜਦੀ ਰਹਿੰਦੀ ਸੀ ਨਾ ਪੜ੍ਹਾਈ ਚ ਬਿਜ਼ੀ ਰਹਿੰਦੀ ਸੀ ਕੰਮ ਕੁੰਮ ਘੱਟ ਹੀ ਕਰਦੀ ਸੀ ਘਰ ਦਾ ਤਾਂ ਕਰਕੇ ਅੱਛਾ ਤੇ ਜੇ ਕੋਈ ਲੇਡੀ ਦੇਖ ਰਹੀ ਹੈ ਤੁਹਾਨੂੰ ਦੱਸੋ ਵੀ ਤੁਹਾਨੂੰ ਜਿਹਦਾ ਵਿਆਹ ਹੋ ਗਿਆ ਜਿਹਦਾ ਨਵਾਂ ਵਿਆਹ ਹੋ ਗਿਆ ਹੈਨਾ ਜਿਹਦੇ ਮਤਲਬ 3-4 ਸਾਲ ਵੀ ਹੋਏ ਨੇ ਸਾਡੇ ਵਾਂਗੂ ਜੇ ਉਹਨੂੰ ਮੱਕੀ ਦੀ ਰੋਟੀ ਆਉਂਦੀ ਬਣਾਉਣੀ ਆਪਣੇ 5 ਸਾਲ ਹੋ ਗਏ ਨੇ ਵਿਆਹ ਨੂੰ ਸਿੱਖਣੀਆਂ ਹਰੇਕ ਲਈ ਜਾਂ ਨਹੀਂ ਕੁਆਰੀਆਂ ਕੁੜੀਆਂ ਜਿਹੜੀਆਂ ਦੇਖ ਰਹੀਆਂ ਉਹਨਾਂ ਲਈ ਜਰੂਰੀ ਹੈ ਸਿੱਖਣਾ ਕਿ ਜਾਂ ਨਹੀਂ ਸਿੱਖਣਾ ਹਰੇਕ ਨੂੰ ਆਉਂਦੀ ਹੈ ਬਣਾਉਣੀ ਲਗਭਗ ਮੇਰੇ ਅਕੋਰਡਿੰਗ ਦੂਜੇ ਲੋਟ ਮਤਲਬ ਬਿਨਾ ਕਿਸੇ ਸਪੋਰਟ ਦਾ ਸਿਰਫ ਹੱਥਾਂ ਨਾਲ ਹੀ ਫੇਰ ਪੜਨੀ ਉਹ ਬਹੁਤ ਘੱਟ ਆਉਂਦੀ ਰੱਖ ਦਿੱਤਾ ਹੋਇਆ ਚਕਲਾ ਹੈਨਾ ਚਕਲਾ ਹੀ ਕਹਿੰਦੇ ਇਹਨੂੰ ਤੇ ਆਹ ਲਿਫਾਫਾ ਧਰ ਦਿੱਤਾ ਹੋਇਆ ਤੇ ਇਹਦੇ ਤੇ ਹੁਣ ਬਣਨਗੀਆਂ ਰੋਟੀਆਂ ਹੈਨਾ ਚੱਲਦਾ ਹੱਥ ਪੂਰਾ ਲੋ ਜੀ ਹੱਥ ਚੱਲ ਹੈ ਮਨਪ੍ਰੀਤ ਦਾ ਪੂਰਾ ਰੋਟੀ ਥੋੜੀ ਟੁੱਟੀ ਟੁੱਟੀ ਲੱਗ ਰਹੀ ਨਾ ਸਾਡਾ ਤੋਂ ਹੈਨਾ ਏਦਾਂ ਹੁੰਦੀ ਹੈ ਅੱਛਾ ਪਰ ਸੋਹਣੀ ਲੱਗ ਰਹੀ ਯਾਰ ਹਾਂਜੀ ਤੇ ਹੁਣ ਆਪਣੀ ਮੱਕੀ ਦੀ ਰੋਟੀ ਤੇ ਗਾਜਰ ਆਲੂ ਗਾਜਰਾਂ ਮਟਰ ਦੀ ਸਬਜ਼ੀ ਬਣ ਕੇ ਰੈਡੀ ਹੈ ਤੇ ਮੰਮੀ ਹੁਣ ਖਾਣਗੇ ਤੇ ਆਪਾਂ ਇਸ ਵਲੋਗ ਦਾ ਕਰਦੇ ਹਾਂ ਇੱਥੇ ਹੀ ਐਂਡ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਉਦੋਂ ਤੱਕ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਦੇ ਹੋ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਣਾ ਖਿਆਲ ਰੱਖੋ ਠੀਕ ਹੈ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜੋ ਵੀ ਮਨਪ੍ਰੀਤ ਨੇ ਕਿਹਾ ਉਹ ਕਰ ਦਿਓ ਤੇ ਮਿਲਦੇ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਬਾਏ ਬਾਏ